ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੌਮੀ ਸੋ ਚੈਨਲ ਤੋਂ ਹਰਮਨ ਸਿੰਘ ਆਨੰਦਪੁਰ ਬੋਲ ਰਿਹਾ ਜੀ। ਜੀ ਸਤਿ ਸ੍ਰੀ ਅਕਾਲ। ਹਾਂਜੀ, ਤੇ ਜਿਹੜੀ ਪਿਛਲੇ ਦਿਨਾਂ ਤੋਂ ਬਹੁਤ ਪੰਜਾਬ ਦੇ ਵਿੱਚ ਇੱਕ ਲਹਿਰ ਬਣ ਕੇ ਚੱਲ ਰਹੀ ਹੈ ਪੰਜਾਬੀ ਬੋਲੀ ਦੇ ਹੱਕ ਦੇ ਵਿੱਚ, ਤੁਸੀਂ ਉਠਾਈ ਹੈ ਜਿਹੜੀ ਪੰਜਾਬੀ ਦੇ ਜਿਹੜੇ ਗੰਦਗੀ ਫੈਲਾਉਣ ਵਾਲੇ ਜਿਹੜੇ ਕਲਾਕਾਰ ਨੇ ਉਹਨਾਂ ਦੇ ਖਿਲਾਫ ਤੁਸੀਂ ਮੁਹਿੰਮ, ਉਹਨਾਂ ਦੇ ਖਿਲਾਫ ਤੁਸੀਂ ਕੇਸ ਕਰਨਾ ਸੀ ਜਿਹਦੀ ਸੁਣਵਾਈ ਸੀ ਅੱਜ ਜੀ, ਤੇ ਕੋਰਟ ਨੇ ਕੀ ਫੈਸਲਾ ਦਿੱਤਾ ਅੱਜ ਉਹਨਾਂ ਦੇ ਖਿਲਾਫ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਬਿਲਕੁਲ, ਮੰਨ ਲਓ ਪੰਜਾਬ ਹਰਿਆਣਾ ਹਾਈਕੋਰਟ ਨੇ ਮੇਰੇ ਦਲੀਲ ਸੁਣਦੇ ਹੋਏ ਕਿਹਾ ਹੈ ਕਿ ਆਖਰੀ ਹੁਕਮ ਦੇਣ ਤੋਂ ਪਹਿਲਾਂ ਮੰਨ ਲਓ ਪੰਜਾਬ ਹਰਿਆਣਾ ਹਾਈਕੋਰਟ ਦੇ ਵਰਿਸ਼ਠ ਵਕੀਲ ਐਡਵੋਕੇਟ ਐਮ ਐਲ ਸਰੋਨਾ ਸਰੀਨ, ਰੀਤਾ ਕੋਹਲੀ, ਹਰੀਚੰਦ ਅਰੋੜਾ, ਠੀਕ ਹੈ ਜੀ, ਤਨੂ ਬੇਦੀ, ਇਹਨਾਂ ਸਾਰੇ ਵਕੀਲ ਵੱਲੋਂ ਰਾਏ ਮੰਗੇ ਨੇ ਫੈਬਰਵਰੀ 6 ਤੱਕ। ਇਹਨਾਂ ਲੋਕਾਂ ਵੱਲੋਂ, ਇਹਨਾਂ ਵਕੀਲ ਵੱਲੋਂ ਰਾਏ ਮੰਗਿਆ ਗਿਆ ਤੇ ਰਾਏ ਸੁਣਵਾਈ ਕਰਕੇ ਫਿਰ ਮੰਨ ਲਓ ਪੰਜਾਬ ਹਰਿਆਣਾ ਹਾਈਕੋਰਟ ਆਪਣਾ ਫੈਸਲਾ ਸੁਣਾਏਗੀ। ਮੇਰਾ ਵੀ ਰਾਏ ਮੰਗੀ ਹੈ ਤਾਂ ਮੇਰਾ ਰਾਏ ਇਹੀ ਰਹੂਗਾ ਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਸਾਹਮਣੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਲੱਚਰ ਹਥਿਆਰੀ ਸ਼ਰਾਬੀ ਗਾਣੇ ਗਾਉਣ ਵਾਲੇ ਲੋਕਾਂ ਤੇ ਨੱਥ ਪਾਉਣ ਲਈ ਇੱਕ ਜਿਹਾ ਸੈਂਸਰ ਬੋਰਡ ਬਣਾਇਆ ਜਾਵੇ ਜਾਂ ਸਰਕਾਰ ਵੱਲੋਂ ਨੀਤੀ ਬਣਿਆ ਜਾਵੇ, ਇਹ ਮੇਰਾ ਮੰਗ ਰਿਹਾ ਹੈ ਜੀ। ਇਸ ਤੋਂ ਇਲਾਵਾ ਜੋ ਗਾਣਾ ਗਾ ਚੁੱਕੇ ਨੇ ਗਲਤ ਲੱਚਰ ਹਥਿਆਰੀ ਸ਼ਰਾਬੀ ਗਾਣੇ, ਇਹੋ ਜਿਹਾ ਗਾਇਕਾਂ ਤੇ ਕਾਨੂੰਨੀ ਕਾਰਵਾਈ ਹੋਵੇ, ਇਹ ਮੇਰੀ ਮੰਗ ਹੋਏਗੀ ਜੀ। ਠੀਕ ਹੈ ਜੀ, ਤੇ ਅਗਲੀ ਸੁਣਵਾਈ ਕਿੰਨੀ ਤਰੀਕ ਨੂੰ ਤੁਸੀਂ ਕਹਿ ਰਹੇ ਹੋ ਹੋਏਗੀ? ਫਰਵਰੀ 6 2018 ਜੀ। ਜੀ ਬਿਲਕੁਲ ਠੀਕ ਹੈ ਜੀ, ਤੇ ਤੁਹਾਡੀ ਕੀ ਉਮੀਦ ਰੱਖਦੇ ਹੋ ਅਦਾਲਤ ਤੋਂ ਤੁਸੀਂ, ਕਿ ਅਗਲੀ ਕਾਰਵਾਈ ਦੇ ਵਿੱਚ ਸੁਣਵਾਈ ਦੇ ਵਿੱਚ ਅਦਾਲਤ ਕੀ ਫੈਸਲਾ ਦੇਗੀ? ਫੈਸਲਾ ਤਾਂ ਮੈਨੂੰ ਲੱਗਦਾ ਹੈ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਰੱਖਿਆ ਕਰਦੇ ਹੋਏ ਇੱਕ ਇਹੋ ਜਿਹਾ ਸੈਂਸਰ ਬੋਰਡ ਬਣਾਉਣ ਦਾ ਹੁਕਮ ਸੁਣਾ ਸਕਦਾ ਹੈ। ਇਸ ਤੋਂ ਇਲਾਵਾ ਜਿਹੜੇ ਗਾਇਕ ਗਲਤ ਲੱਚਰ ਹਥਿਆਰਾ ਸ਼ਰਾਬੀ ਗਾ ਚੁੱਕੇ ਨੇ ਉਹਨਾਂ ਨੂੰ ਵੀ ਕੋਰਟ ਦੇ ਵਿੱਚ ਬੁਲਾ ਕੇ ਪੁੱਛਿਆ ਜਾ ਸਕਦਾ ਹੈ। ਇਸ ਲਈ ਮੈਂ ਮੰਗ ਤਾਂ ਜ਼ਰੂਰ ਕਰਾਂਗਾ, ਮੇਰਾ ਮੰਗ ਪੂਰਾ ਹੋਏਗੀ ਤੇ ਕੋਰਟ ਇਸ 'ਤੇ ਕਾਰਵਾਈ ਜ਼ਰੂਰ ਕਰੇਗੀ। ਲੱਚਰ ਹਥਿਆਰੀ ਸ਼ਰਾਬੀ ਗਾਣੇ ਨੂੰ ਰਿਕਾਰਡਿੰਗ ਕਰਨ ਵਾਲੇ, ਆਡੀਓ ਵੀਡੀਓ ਰਿਕਾਰਡਿੰਗ ਕੰਪਨੀ, ਗਾਣੇ ਗਾਉਣ ਵਾਲੇ, ਗਾਣੇ ਲਿਖਣ ਵਾਲੇ, ਤਿੰਨਾਂ ਤੋਂ ਵੀ ਕਾਰਵਾਈ ਹੋਏਗੀ ਜ਼ਰੂਰ। ਠੀਕ ਹੈ ਠੀਕ ਹੈ ਜੀ, ਭਾਵ ਕਿ ਸਾਰੀ ਕੰਪਨੀ ਦੇ ਉੱਤੇ, ਸਿੰਗਰਾਂ ਦੇ ਉੱਪਰ ਕਾਰਵਾਈ ਹੋਏਗੀ। ਤੇ ਤੁਸੀਂ ਕੀ ਸਮਝਦੇ ਹੋ ਕਿ ਜੇ ਕੱਲ ਨੂੰ ਸੈਂਸਰ ਬਣ ਜਾਏ ਪੰਜਾਬ ਦਾ ਤੇ ਉਹਦੇ ਨਾਲ ਪੰਜਾਬ ਦੇ ਸਿੰਗਰ ਕਲਾਕਾਰ ਸਹਿਮਤ ਹੋ ਜਾਣਗੇ ਜੀ? ਬਿਲਕੁਲ 100%, ਕਿਉਂਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੀ ਮਕਸਦ ਇਹ ਵੀ ਹੋ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਲੱਚਰ ਸ਼ਰਾਬੀ ਹਥਿਆਰੀ ਗਾਣੇ ਤੇ ਨੱਥ ਪਾਉਣ ਲਈ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਜ਼ਰੂਰ ਇਸ 'ਤੇ ਕਾਰਵਾਈ ਕਰੇਗੀ ਤੇ ਸਾਡੀ ਮੰਗ ਵੀ ਇਹੀ ਰਹੂਗੀ। ਜਿੰਨੇ ਵੀ ਐਮ ਐਲ ਸਰੇਨ, ਰੀਤਾ ਕੋਹਲੀ, ਹਰੀਚੰਦ, ਤਨੂ ਬੇਦੀ, ਇਹ ਸਾਰੇ ਪੰਜਾਬੀ ਪੰਜਾਬ ਤੋਂ ਹੈ, ਵਰਿਸ਼ਠ ਵਕੀਲ ਨੇ, ਇਹਨਾਂ ਦਾ ਮੰਗ ਵੀ ਇਹੀ ਹੈ ਜੀ। ਠੀਕ ਹੈ ਜੀ, ਭਾਵ ਕਿ ਤੁਹਾਡੀ ਜਿਹੜੀ ਲਹਿਰ ਤੁਸੀਂ ਉਠਾਈਏ, ਇੱਕ ਚਲਾਈਏ, ਇੱਕ ਨਾ ਇੱਕ ਦਿਨ ਇਹ ਸਾਰਥਕ ਰੂਪ ਲੈ ਕੇ ਪੰਜਾਬੀ ਦੇ ਹੱਕ ਦੇ ਵਿੱਚ ਵੱਡੀ ਲਹਿਰ ਬਣਨੇਗੀ, ਹੈ ਨਾ ਜੀ? ਜੀ ਬਿਲਕੁਲ, ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਪੰਜਾਬੀ ਲੋਕ ਜਾਗਣਗੇ, ਨਾ ਸਿਰਫ ਇਹ ਵਰਿਸ਼ਠ ਵਕੀਲ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਆਪਣੀ ਮੰਗ ਦੇ ਸਕਦੇ, ਬਲਕਿ ਪੰਜਾਬ ਦੇ ਹਰੇਕ ਨੌਜਵਾਨ, ਪੰਜਾਬ ਦੇ ਹਰੇਕ ਔਰਤ, ਪੰਜਾਬ ਦੇ ਹਰੇਕ ਬੁੱਧੀਜੀਵੀ
ਪੰਜਾਬ ਦੇ ਹਰੇਕ ਜ਼ਿੰਮੇਦਾਰ ਵਿਅਕਤੀ ਵੀ ਆਪਣੀ ਰਾਏ ਮਾਨਯੋਗ ਪੰਜਾਬ ਦੇ ਹਰਿਆਣਾ ਹਾਈਕੋਰਟ ਨੂੰ ਦੇ ਸਕਦੇ ਨੇ, ਖੱਤ ਲਿਖ ਸਕਦੇ ਨੇ। ਮੈਂ ਪਹਿਲੇ ਵੀ ਕਿਹਾ ਹੈ ਖੱਤ ਦੇ ਵਿੱਚ ਬਹੁਤ ਤਾਕਤ ਹੈ, ਖੱਤ ਦੇ ਵਿੱਚ ਸ਼ਕਤੀ ਹੈ। ਮੇਰੇ ਗੁਰੂ ਗੋਬਿੰਦ ਸਿੰਘ ਜੀ ਵੀ ਖੱਤ ਲਿਖ ਕੇ ਉਸ ਵਕਤ ਤਖ਼ਤ ਨੂੰ ਹਿਲਾਏ ਸੀ, ਔਰੰਗਜ਼ੇਬ ਮਰ ਗਏ ਸੀ ਖੱਤ ਜ਼ਫਰਨਾਮਾ ਪੜ੍ਹ ਕੇ। ਇਹੋ ਜਿਹਾ ਖੱਤ ਹਰੇਕ ਪੰਜਾਬੀ ਲਿਖ ਸਕਦੇ ਨੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੂੰ, ਤਾਂ ਕਿ ਪੰਜਾਬ ਹਰਿਆਣਾ ਹਾਈਕੋਰਟ ਉਸ ਖੱਤ ਪੜ੍ਹ ਕੇ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਦੇ ਪੱਖ ਤੇ ਜ਼ਰੂਰ ਸੁਣਵਾਈ ਦੇਵੇਗੀ ਜੀ। ਠੀਕ ਹੈ ਜੀ, ਤੇ ਸੁਖਵਿੰਦਰ ਸੁੱਖੀ ਤੋਂ ਬਾਅਦ ਕਿਸੇ ਹੋਰ ਕਲਾਕਾਰ ਨੇ, ਪੰਜਾਬੀ ਸਿੰਗਰ ਨੇ ਮਾਫ਼ੀ ਮੰਗੀ ਹੈ ਜੀ? ਨਹੀਂ, ਬਿਲਕੁਲ ਨਹੀਂ, ਸਿਰਫ ਸੁਖਵਿੰਦਰ ਸੁੱਖੀ ਨੇ ਮਾਫ਼ੀ ਮੰਗੀ, ਉਸ ਤੋਂ ਇਲਾਵਾ ਕੋਈ ਵੀ ਅੱਗੇ ਆ ਕੇ ਮਾਫ਼ੀ ਨਹੀਂ ਮੰਗੇ ਨੇ। ਮੈਨੂੰ ਲੱਗਦਾ ਹੈ ਪੰਜਾਬੀ ਲੋਕ ਇੱਕ ਵਾਰ ਜੇ ਜਾਗਣਗੇ ਤਾਂ ਇਹ ਸਾਰੇ ਗਾਇਕ ਅੱਗੇ ਆ ਕੇ ਮਾਫ਼ੀ ਮੰਗ ਸਕਦੇ ਨੇ। ਹੁਣ ਵੀ ਸਮਾਂ ਹੈ ਉਹਨਾਂ ਕੋਲ 6 ਫਰਵਰੀ ਤੱਕ, ਉਹ ਮਾਫ਼ੀ ਮੰਗ ਸਕਦੇ ਨੇ, ਤਾਂ ਕਿ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਦੀ ਉੱਚੀ ਪੱਧਰ ਤੇ ਰੱਖਣ ਦੀ ਕਾਰਵਾਈ ਹੋਵੇ ਜੀ। ਠੀਕ ਹੈ ਜੀ, ਤੇ ਤੁਸੀਂ ਜਿਹੜੇ ਉਦਾਂ ਨਾਲ ਸਾਨੂੰ ਦੱਸੇ ਸਨ ਗਾਣੇ, ਉਹਨਾਂ ਤੋਂ ਇਲਾਵਾ ਕੋਈ ਹੋਰ ਗਾਣੇ ਵੀ ਦਰਜ ਕਰਾਏ ਨੇ? ਜੀ ਬਿਲਕੁਲ, ਇਸ ਤੋਂ ਇਲਾਵਾ ਜਿੰਨੇ ਵੀ ਗਾਣੇ ਹੈ ਹਥਿਆਰੀ ਸ਼ਰਾਬੀ ਗਾਣੇ ਨੇ, ਸਾਰੇ ਦਰਜ ਨੇ। ਮੈਨੂੰ ਲੱਗਦਾ ਹੈ ਪੰਜਾਬ ਹਰਿਆਣਾ ਹਾਈਕੋਰਟ ਜ਼ਰੂਰ ਇਸ ਤੇ ਕਾਰਵਾਈ ਕਰੇਗੀ। ਮੈਨੂੰ ਲੱਗਦਾ ਹੈ ਅੱਜ ਵੀ ਇਹ ਖਬਰ ਆਈ ਹੈ, ਇਹ ਗਾਇਕ ਹੈ ਮਨੀਕ੍ਰਿਤ ਅਰਕ, ਉਹ ਵੀ ਉਹਨਾਂ ਦੇ ਖਿਲਾਫ਼ ਗੈਰ ਜ਼ਮਾਨਤ ਅਰੈਸਟ ਵਾਰੰਟ ਵੀ ਨਿਕਲੀ ਹੈ। ਇਹੋ ਜਿਹਾ ਗਾਇਕ ਜੋ ਹਥਿਆਰੇ ਦੇ ਗਾਣਾ ਗਾਉਂਦੇ ਨੇ, ਉਹ ਨਿਕਲ ਚੁੱਕੇ, ਪਰ ਕਾਰਨ ਹੋਰ ਕੁਛ ਹੈ, ਕੋਈ ਪੈਸੇ ਦੀ ਮਾਮਲਾ ਹੈ, ਉਹ ਉਹਨਾਂ ਦੇ ਖਿਲਾਫ਼ ਕਾਰਵਾਈ ਹੋਏਗੀ। ਪਰ ਕਹਿਣ ਦਾ ਭਾਵ ਹੈ ਪੰਜਾਬੀ ਭਾਸ਼ਾ ਨਾਲ ਧੋਖਾ ਕਰਨ ਵਾਲੇ, ਪੰਜਾਬੀ ਭਾਸ਼ਾ ਨੂੰ ਨਾ ਬੇਕਦਰ ਕਰਨ ਵਾਲੇ ਲੋਕ ਕੋਈ ਨਾ ਕੋਈ ਕਾਰਨ ਦੇ ਤਹਿਤ ਕਾਨੂੰਨ ਸਿੱਖਣ ਦੇ ਵਿੱਚ ਆਉਣਗੇ। ਜਿਵੇਂ ਹਰਕੀਰਤ ਔਲਖ ਜੋ ਗਾਇਕ ਹੈ, ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂ, ਔਲਖ ਹੈ ਉਹ ਮੁੰਡੇ, ਉਹ ਕਾਨੂੰਨ ਸਿੱਖਣ ਦੇ ਆ ਚੁੱਕੇ ਨੇ, ਹਰੇਕ ਕਾਨੂੰਨੀ ਸਿੱਖਣ ਦੇ ਵਿੱਚ ਆ ਸਕਦੇ ਨੇ, ਜੇਕਰ ਤੁਸੀਂ ਪੰਜਾਬੀ ਰੋਟੀ ਖਾ ਕੇ ਪੰਜਾਬੀ ਪਾਣੀ ਪੀ ਕੇ ਪੰਜਾਬੀ ਮਾਂ ਬੋਲੀ ਨਾਲ ਖਿਲਵਾੜ ਕਰੋਗੇ, ਕਾਨੂੰਨ ਸਿੱਖਣ ਦੇ ਵਿੱਚ ਆਓਗੇ ਜ਼ਰੂਰ ਜੀ। ਠੀਕ ਹੈ ਜੀ, ਤੇ ਮਤਲਬ ਕਿ ਹੁਣ 6 ਫਰਵਰੀ ਤੱਕ ਦਰਸ਼ਕਾਂ ਨੂੰ ਇੰਤਜ਼ਾਰ ਰਹੇਗਾ, ਪੰਜਾਬ ਦੇ ਲੋਕਾਂ ਨੂੰ ਇੰਤਜ਼ਾਰ ਰਹੇਗਾ ਕੀ ਫੈਸਲਾ ਆਏਗਾ ਹਾਈਕੋਰਟ ਦਾ, ਤੇ ਉਸ ਤੋਂ ਬਾਅਦ ਅਗਲੀ ਜੋ ਕਾਰਵਾਈ ਹੋਏਗੀ ਉਹਦੇ ਉੱਪਰ ਸਾਰੇ ਦਰਸ਼ਕਾਂ ਦੀ ਨਜ਼ਰ ਰਹੇਗੀ। ਤੇ ਰਾਓ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੌਮੀ ਸੋਚ ਚੈਨਲ ਦੇ ਨਾਲ ਗੱਲ ਕਰਨ ਦੇ ਲਈ। ਮੈਂ ਹਰਮਨ ਸਿੰਘ ਆਨੰਦਪੁਰ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਕਰਦਾ ਜੀ। ਜੀ ਬਹੁਤ ਬਹੁਤ ਧੰਨਵਾਦ, ਤੇ ਮੈਂ ਸਿਰਫ ਬੇਨਤੀ ਕਰ ਸਕਦਾ ਤੁਸੀਂ ਵੱਡੀ ਪੱਧਰ ਤੇ ਕੰਮ ਕਰਿਓ, ਲੋਕਾਂ ਤੱਕ ਸੰਦੇਸ਼ ਪਹੁੰਚਣ ਦਾ ਕਾਰਜ ਬਹੁਤ ਪਵਿੱਤਰ ਕਾਰਜ ਹੈ, ਬਸ ਇਹ ਸੰਦੇਸ਼ ਪਹੁੰਚਾ ਦਿਓ ਕਿ ਹਰੇਕ ਪੰਜਾਬੀ ਇੱਕ ਖੱਤ ਜ਼ਰੂਰ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੂੰ ਲਿਖਿਆ ਜਾਵੇ, ਤਾਂ ਕਿ ਮਾਨਯੋਗ ਕੋਰਟ ਲੋਕਾਂ ਦੀ ਆਵਾਜ਼ ਵੀ ਸੁਣੇ। ਜੀ ਜ਼ਰੂਰ ਜੀ, ਅਸੀਂ ਤੁਹਾਡੀ ਕਹੀ ਹੋਈ ਗੱਲ ਹਰ ਇੱਕ ਲੋਕ ਤੱਕ ਜਿੱਥੋਂ ਤੱਕ ਸਾਡੀ ਪਹੁੰਚ ਹੋ ਸਕੇ ਪਹੁੰਚਾਉਣ ਦਾ ਯਤਨ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ ਫਿਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।